ਨਾਲੇ ਮੈਂ ਕੰਮ ਤੇ ਜਾਣਾ ਮੇਰਾ ਪੁੱਤ ਉਹ ਚਵਲੇ ਤੈਨੂੰ ਇਹਦੀ ਪਈ ਸਰਾਰਾ ਫੜ ਬਾਦਸ਼ਾਹ ਕੁੱਤੇ ਅੰਦਰ ਪਏ ਆ एक बात गलत करते हो और उसके बाद उस बात को हवा भी देते हो ये क्या कह रहे हो आलमपना मैं माफी चाहता हूँ बाहर गुल खान आया है क्या कहता है वो कह रहा है कि मेरी फूफी का फराक वापस करे गुलखान को जेल खाने में डाल दिया जाए अच्छा जी उसको 20,000 रुपया दी थी 6 घंटे की अभी 1.5 घंटा हुआ है अनारकली जी ये लो हम तुम्हारे लिए लाए हैं थैंक यू नहीं कोई बात नहीं आज बिका नहीं तुम ले लो छोड़ो बिके ना नाली बताओ क्या फरियाद था तुम्हारी बादशाह सलामत मैं आपको क्या बताऊं मैं जानू की दसा कुछ ते दस बादशाह ते अमरूद में चल खलोता है कुछ ते दस बादशाह ये ज्यादती है अन्याय है बादशाह सलामत अन्याय है बादशाह सलामत क्या हुआ तुम्हारे किसी ने बाल पूट लिए है क्यों चीख रहे हो शेखू आपके दरबार में हमारी चोरी हो गई है बादशाह सलामत किसकी जुर्रत के हमारी संतोष में चोरी करे क्या चोरी हुआ तुम्हारा हमारी गाड़ी चोरी हो गई है बादशाह किस बदबख्त पे शक है तुम्हें आप पे आप पे ये क्या कह रहे हो गुस्ताख जी बादशाह सलामत बादशाह पे शक कर रहे हो घड़ी चोरी का ये कितने की थी तुम्हारी घड़ी 850 की पहले क्यों नहीं बताया क्यों हम 250 की बेच आए हैं हमारी सल्तनत को इतना घाटा इधर अकेला चालक अकेला चल एक तेरे पई होवे ना तो तेन लग पता जाए चल छड़ दियो जे बादशाह बाणी गया तो दफा कर समझ नहीं तेन लगदी घर दे यार तू ते मगर ही पै गई है चवड़ो जी तुहानू फौजी बादशाह ही चंगा रहिंदा है ਜਿਹੜਾ ਵਿਚਾਰਾ ਆਪਣੀ ਮਿਹਨਤ ਨਾਲ ਮਰ ਗਿਆ ਉਹਦੇ ਮੋਢਿਆਂ ਦੀ ਚੜ ਚੜ ਜੁੱਤੀਆਂ ਮਾਰਦੇ ਹੋ ਤੁਸੀਂ ਮੇਰਾ ਆਲੀ ਜਾ ਹਰਗਿਜ਼ ਗੇਮ ਮਤ ਬਾਦਸ਼ਾਹ ਸਲਾਮਤ ਬਾਦਸ਼ਾਹ ਸਲਾਮਤ ਜਾਨ ਕੋ ਨੁਕਸਾਨ ਪਹੁੰਚਾਉਂ ਤਾਂ ਕੁਛ ਅਰਜ਼ ਕਰੂੰ ਕਰੋ ਹਮ ਆਪਕੋ ਇੱਕ ਜੁਗਤ ਅਰਸਾਲ ਕਰਨਾ ਚਾਹਤੇ ਹੈ करो और साल मगर शुस्ता होनी चाहिए बादशाह सलामत ताडा मुंह बहुत बड़ा है ये कौन सी इतराज वाली बात है किसी वक्त फरिश्तों के पास मिट्टी भर जाती है उसका उन्होंने मुंह ही बनाना है और क्या गमले बनाने शुरू कर वैसे मुंह ताडा फिर भी बहुत बड़ा है 3 प्लेटा की सेफ्टी सिर्फ ताडे मुंह दी वजह तो आजाद हुई इतों सेफ शुरू हुंदी इत्थे को आके पहला प्लेट दूजे नूं कहिंदा चलो रशीद तेरी वारी आई बा खुदा हम शर्मिंदा हैं क्यों हमारी वजह से ब्लेडों को इतनी थकावट ये तो कुछ भी नहीं बादशाह सलामत ना ही 135 रुपए तो शेर दे लंदा ताडे इस बात के 50 रुपए शेर दे 110 दा रक्षा ਉਹਦੇ ਨੇ ਉਹਦੇ ਤੇ ਗੋਲ ਚੱਕਰ ਤੇ ਘੁਮਣਾ ਕੋਈ ਔਰ ਫਰਿਆਦੀ ਹੈ ਤਾਂ ਬਤਾਓ ਅਨਰਕਲੀ ਤੁਹਾਡੀ ਕੀ ਫਰਿਆਦ ਹੈ ਬਾਦਸ਼ਾਹ ਸਲਾਮਤ
ਮੈਂ ਇੱਕ ਬਿਊਟੀ ਪਾਰਲਰ ਤੇ ਗਈ ਆ, ਮੈਨੂੰ ਕਿਹਾ ਮੇਰੇ ਖੂਬਸੂਰਤ ਜਵਾਰ ਬਣਾ ਦੇ, ਉਹਨੇ ਮੇਰੇ ਕੋਲ 1000 ਦਾ ਨੋਟ ਵੀ ਖੋ ਲਿਆ। ਉਸ ਬਿਊਟੀ ਪਾਰਲਰ ਵਾਲੇ ਕੀ ਇਹ ਜੁਰਅਤ ਹਮਾਰੀ ਰਿਆਸ ਸੇ 1000 ਰੁਪਏ ਲੈ ਬਾਲ ਕਟਾ ਲੇ ਕਾ, ਜਬਕਿ ਬਾਦਸ਼ਾਹ ਆਪਣੀ ਦੁਕਾਨ ਪੇ 15 ਰੁਪਏ ਮੇ ਟਿੰਡ ਕਰ ਦੇਤਾ। ਬਾਦਸ਼ਾਹ ਇੱਧਰ ਬਹਿ ਜਾ, ਤਾਂ ਹੀ ਤੂੰ ਬੱਚਿਆਂ ਦੀ ਸਾਲਗਿਰਾਹ ਦਾ ਪਾਇਆ। ਤੁਸੀਂ ਬਾਦਸ਼ਾਹ ਸਲਾਮਤ ਹੋ, ਬਸ ਫਰਿਆਦੀ ਆਉਣੀ ਵਾਲੇ ਨੇ। ਓ ਯਾਰ ਫਰਿਆਦੀ ਹੈ ਤੋ ਪੇਸ਼ ਕੀਆ ਗਿਆ। ਬਾਦਸ਼ਾਹ ਸਲਾਮਤ, ਇਹ ਹਮਾਰੇ ਲਕੜਹਾਰੇ ਕਾ ਬੇਟਾ ਹੈ। ਬਾਦਸ਼ਾਹ ਬਾਦਸ਼ਾਹ ਸਲਾਮਤ, ਜਾਣ ਕੇ ਮਾਣ ਪਾਉਂ ਤੇ ਕੁਛ ਅਰਜ਼ ਕਰੂੰ। ਹਾਂ ਬੋਲੋ। ਮੈਂ ਨਹਾਉਣਾ ਸੀ, ਡੌਂਗਾ ਨਹੀਂ ਲੱਭਣ ਦੇ, ਆਪਣਾ ਮੂੰਹ ਦੇਣਾ ਜ਼ਰਾ। ਬਦਤਮੀਜ਼, ਇਤਨੇ ਬੜੇ ਡੌਂਗੇ ਸੇ ਕਿਆ ਇੱਕ ਹੀ ਡੌਂਗੇ ਮੈਂ ਪੂਰੀ ਤਾਰੀ ਲਗਾਉਣਾ ਚਾਹਤੇ ਹੋ? ਬਾਦਸ਼ਾਹ ਸਲਾਮਤ, ਅਚਾਰ ਪਾਉਣ ਵਾਲਾ ਕੁੱਜਾ ਨਹੀਂ ਲੱਭਣ ਦਿਆ, ਤੁਹਾਡਾ ਮੂੰਹ ਚਾਹੀਦਾ 6 ਮਹੀਨੇ ਲਈ। ਇਹ ਬਾਦਸ਼ਾਹ ਕੇ ਮੂੰਹ ਸੇ ਇਤਨੇ ਕਾਮ ਲੈ ਰਹੇ ਹੋ? ਦੂਰ ਰਹਿ ਕੇ ਦੁਹਾਈ ਦੋ, ਬਾਦਸ਼ਾਹ ਚਵਲ ਤਬੀਅਤ ਕਾ ਹੈ। ਲਓ ਜੀ ਇੱਕ ਮਿੰਟ ਇਹਦੇ ਵੱਲ ਵੇਖ, ਕਿੱਡਾ ਕੁ ਚਵਲ ਹੋ ਸਕਣਾ ਤੂੰ। ਫਰਿਆਦ ਕਰੋ, ਕਿਆ ਕਹਿਣਾ ਚਾਹਤੀ ਹੋ? ਸਾਡੀ ਯਾਰ ਬਕਵਾਸ ਨਾ ਕਰੋ, ਬਾਦਸ਼ਾਹ ਕੋ ਖੁਰਕ ਹੋ ਸਕਤੀ ਹੈ। ਬਾਦਸ਼ਾਹ ਕੋ ਖੁਰਕ ਹੋ ਤੋ ਕਿਆ ਜਾ ਕੇ ਉਧਰ ਘੋੜੋ ਕਾ ਖਰਕ ਲਗ ਰਹਾ ਹੈ? ਨਹੀਂ ਬਸ ਇਹ ਸਿਰਫ ਇੰਜ ਇੰਜ ਕਰਨਾ। ਬਾਦਸ਼ਾਹ ਤੂੰ ਲੱਗਦਾ ਜਿਵੇਂ ਖੋਤਾ ਖੋਲਣ ਡਿਆ। ਬਾਦਸ਼ਾਹ ਹੈ ਆਪ ਤਮੀਜ਼, ਜਬ ਖਾਰਿਸ਼ ਹੋ ਤੋ ਕਿਆ ਐਸੇ ਐਸੇ ਕਰਨੇ ਸੇ ਖਾਰਿਸ਼ ਮਿਟ ਜਾਂਦੀ ਹੈ? ਨਹੀਂ, ਮੂੰਹ ਜ਼ਰੂਰ ਬੜਾ ਹੈ ਮਗਰ ਇਤਨਾ ਬੜਾ ਨਹੀਂ ਕਿ ਉਸਕਾ ਕਨੈਕਸ਼ਨ ਗੋਡੇ ਤੱਕ ਹੋ। ਜਾਹਿਲ ਆਦਮੀ। ਬਾਦਸ਼ਾਹ ਹਾਂ, ਕਿਆ ਚਾਹਤੀ ਹੋ? ਬਾਦਸ਼ਾਹ ਸਲਾਮਤ, ਹਮਾਰੇ ਘਰ ਮੇ ਕੇਬਲ ਨਹੀਂ ਆ ਰਹੀ। ਕਭੀ ਇਹ ਵੀ ਸੋਚੋ ਤੁਹਾਡੇ ਘਰ ਮੇ ਬਾਦਸ਼ਾਹ ਵੀ ਨਹੀਂ ਆ ਰਹਾ। ਸਹੀ ਕਹਿ ਰਹੇ ਨੇ, ਪਹਿਲੇ ਮਤਲਬ ਭਾਵੇਂ ਉਹ ਜਿਹੋ ਜੀ ਹੈ ਲੇਕਿਨ ਮੈਂ ਗੈਰਤ ਮੰਨਦੇਗਾ। ਕੇਬਲ ਨਹੀਂ ਆ ਰਹੀ ਜੀ ਬਾਦਸ਼ਾਹ ਸਲਾਮਤ, ਹਮਾਰੀ ਕੇਬਲ ਲਗਵਾਈ ਜਾਏ। ਬਾਦਸ਼ਾਹ ਕੋ ਕਿਆ ਕਹਤੀ ਹੈ, ਉਸਕੇ ਆਪਣੇ ਟੀਵੀ ਪੇ ਲਹਿਰੇ ਆ ਰਹੀ ਹੈ। ਅਵੇ ਲੈ, ਉਹ ਬਾਦਸ਼ਾਹ ਹੈਗਾ ਉਹਦੇ ਟੀਵੀ ਤੇ ਲਹਿਰਾਂ, ਤੇ ਸਾਡੇ ਟੀਵੀ ਤੇ ਨਹੀਂ ਆਉਂਦੀਆਂ। ਮੈਂ ਨਹੀਂ ਪੈਸੇ ਦੇਣੇ ਫੀਸ ਤੁਹਾਨੂੰ। ਕੇਬਲ ਨਹੀਂ ਆ ਰਹੀ। ਸਫਾ ਕਰੋ, ਕੇਬਲ ਕੋ ਟੀਵੀ ਕੇ ਪੀਛੇ ਸੂਈ ਗੈਸ ਕਾ ਪਾਈਪ ਲਗਵਾ ਦੋ। ਸਾਰੇ ਡਰਾਮੇ ਭੁੱਲ ਭੁੱਲ ਕੇ ਦੇਖੋ। ਯਾਰ ਫਰਿਆਦੀ ਹੈ ਤੋ ਪੇਸ਼ ਕੀਆ ਜਾਏ। ਬਸ ਅੱਗੋ ਵੇਲੇ ਹੋ ਤੁਸੀਂ ਹੋ। ਬਾਦਸ਼ਾਹ ਸਲਾਮਤ, ਸੌਣੋ ਜਾ ਕੇ, ਕੱਲ ਸਵੇਰੇ ਆਉਣਾ, ਫਿਰ ਹਾਜ਼ਰੀਆਂ ਲਾਉਣੀਆਂ ਤੁਸੀਂ। ਤੁਹਾਡੇ ਖਿਲਾਫ ਗੱਲਾਂ ਕਰਦੀ ਹੈ। ਕਿਆ ਕਹਿਤੀ ਹੈ? ਇਹੀ ਕਹਿੰਦੀ ਸੀ, ਕਹਿੰਦੀ ਬਾਦਸ਼ਾਹ ਨੂੰ ਕੁਛ ਮਰੇ ਬੰਦੇ ਦੇ ਕੱਪੜੇ ਲੈ ਲੈਂਦਾ। ਮੈਂ ਕਿਹਾ ਪੁੱਛ ਲੈ ਬਾਦਸ਼ਾਹ ਕਮੀਨੀ, ਤੁਹਾਡੀ ਇਹ ਜ਼ੁਰਮ ਮਾਫੀ ਕਿ ਤੂੰ ਪੁੱਛੋ ਬਾਦਸ਼ਾਹ ਮਰੇ ਬੰਦੇ ਦੇ ਕੱਪੜੇ ਲੈਂਦਾ ਹੈ ਕਿ ਨਹੀਂ। ਸਿੱਧਾ ਦੇਖ ਕੇ ਜਾ ਤੇ ਗੱਲ ਮੁਕਾ। ਛੱਡਦੇ ਆ, ਆਪ ਕਹਿ ਰਹੇ ਬਾਦਸ਼ਾਹ ਨੂੰ ਮੈਨੂੰ ਮਾਰ ਪਾਉਣੀ ਹੋ। ਕੀ ਹੋਇਆ ਹੈ? ਉਹ ਕਹਿੰਦੀ ਜੀ ਜੁਮਰਾਤ ਨੂੰ ਬਾਦਸ਼ਾਹ ਰੋਟੀ ਲੈਣ ਨਹੀਂ ਆਇਆ ਇਸ ਦਫਾ। ਬਾਦਸ਼ਾਹ ਸਾਈਂ ਲੋਕ ਲਗਤਾ ਹੈ ਮਗਰ ਪਾਗਲ ਕਾ ਪੁੱਤਰ ਨਹੀਂ ਹੈ। ਬਾਦਸ਼ਾਹ ਹਮੇ ਪਤਾ ਹੈ, ਉਸ ਦਿਨ ਇਨਕੇ ਘਰ ਮਾਂ ਕੀ ਦਾਲ ਪੱਕੀ ਹੋਈ ਥੀ। ਅਗਲਾ ਬਾਦਸ਼ਾਹ ਈਦ ਤੇ ਤਿੰਨ ਤਿੰਨ ਭੁੱਖਾ ਬੈਠਾ ਰਿਹਾ, ਕਿਤੋਂ ਗੋਸ਼ ਨਹੀਂ ਆਇਆ। ਜੰਨਤ ਜੀ ਹੁਕਮ ਆਕਾ, ਹਮਾਰੇ ਪਿੱਛੇ ਆਓ। ਕਿਸ ਲਈ? ਅੰਦਰ ਆ ਕੇ ਬਰੀ ਕੰਗੀ ਸੇ ਹਮਾਰੀ ਕੰਡ ਪੇ ਖਾਰਸ਼ ਕਰੋ। ਮੈਂ ਮਹੀਨਾ ਖਾਰਸ਼ ਹੀ ਕਰਦਾ ਰਹਾਂ।